ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਬਾਈ ਜੀ ਟੀਵੀ ਤੇ, ਮੈਂ ਜੱਸੀ ਬੜੈਚ। ਇਸ ਸਮੇਂ ਸਾਡੇ ਨਾਲ ਬਹੁਤ ਹੀ ਖੂਬਸੂਰਤ ਅਦਾਕਾਰਾ ਜਿਨ੍ਹਾਂ ਦੀ ਸਮੈਲ ਬਹੁਤ ਚੰਗੀ ਹੈ ਸਾਡੇ ਨਾਲ ਮੌਜੂਦ ਨੇ। ਜਪ ਜੀ, ਖੈਰਾ ਜੀ, ਮੈਂ ਬਹੁਤ ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ। ਕਿੱਦਾਂ ਠੀਕ ਠਾਕ ਹੋ? ਬਹੁਤ ਵਧੀਆ ਜੀ, ਫਸਟ ਕਲਾਸ। ਸਭ ਤੋਂ ਪਹਿਲਾਂ ਆਪਣੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਫਿਲਮ ਸਿਟੀ ਦੀ ਜਿੱਦਾਂ ਕਿ ਇਹਦਾ ਉਦਘਾਟਨ ਹੋਇਆ, ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ? ਬਹੁਤ ਵਧੀਆ, ਬਹੁਤ ਖੁਸ਼ਨਸੀਬ ਸਮਝਦੇ ਹਾਂ ਅਸੀਂ ਆਪਣੇ ਆਪ ਨੂੰ ਐਜ਼ ਐਨ ਆਰਟਿਸਟ ਔਰ ਐਜ਼ ਅ ਇਨਸਾਨ ਵੀ, ਕਿ ਯੂ ਨੋ ਇੰਨਾ ਸੋਹਣਾ ਉਪਰਾਲਾ ਬਹੁਤ ਘੱਟ ਹੁੰਦਾ ਆ ਪੰਜਾਬੀ ਫਿਲਮ ਇੰਡਸਟਰੀ ਲਈ, ਮੈਨੂੰ ਲੱਗਦਾ ਨਹੀਂ ਆ। ਸੋ ਇਟਸ ਅ ਵੈਰੀ ਯੂਨੀਕ ਜਿਹੜਾ ਉਪਰਾਲਾ ਕੀਤਾ ਹੈ ਸਰਦਾਰ ਇਕਬਾਲ ਸਿੰਘ ਚੀਮਾ ਜੀ ਨੇ ਅਤੇ ਉਹਨਾਂ ਦੇ ਪੂਰੇ ਪਰਿਵਾਰ ਨੇ। ਉਹਨਾਂ ਦਾ ਇੱਕ ਵਿਜ਼ਨ ਸੀਗਾ, ਸੋ ਉਹਨਾਂ ਦਾ ਜਿਹੜਾ ਇਹ ਵਿਜ਼ਨ ਆ ਇਹ ਅੱਜ ਮੈਨੂੰ ਲੱਗਦਾ ਹੈ ਕਿ ਨੀਂਹ ਪੱਥਰ ਰੱਖਿਆ ਗਿਆ। ਸੋ ਇਹ ਨੀਂਹ ਪੱਥਰ ਰੱਖਿਆ ਜੀ ਆਪਣੇ ਆਨਰੇਬਲ ਚੀਫ ਮਿਨਿਸਟਰ ਸਰਦਾਰ, ਹਾਂਜੀ, ਚਰਨਜੀਤ ਸਿੰਘ ਚੰਨੀ ਜੀ ਨੇ। ਸੋ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਇੱਕ ਜਦੋਂ ਫਿਲਮ ਬਣਦੀ ਹੈ ਨਾ ਉਹਦੇ ਵਿੱਚ 100-200 ਬੰਦਾ ਜੁੜਿਆ ਹੁੰਦਾ, ਸੋ ਉਹਨਾਂ ਨੂੰ ਰੁਜ਼ਗਾਰ ਮਿਲੇਗਾ, ਇੰਪਲੋਇਮੈਂਟ ਜਿਹੜੀ ਉਹ ਵਧੇਗੀ। ਸੋ ਬਹੁਤ ਸੋਹਣਾ ਉਪਰਾਲਾ ਆ ਔਰ ਧੰਨਵਾਦ ਸਾਡੇ ਕਿ ਇਹ ਚੀਜ਼ ਸਾਡੇ ਯੂ ਨੋ ਹਿੱਸੇ ਆਈ ਆ ਐਜ਼ ਅ ਪੰਜਾਬੀ ਆਰਟਿਸਟ, ਬੋਲੀਵੁੱਡ ਦੇ ਆਰਟਿਸਟ ਹੈਗੇ ਹਾਂ। ਤੋ ਮੈਂ ਪਹਿਲਾਂ ਵੀ ਇਹ ਹਮੇਸ਼ਾ ਇਹ ਗੱਲ ਕਹੀ ਹੈ ਕਿ ਅਜੇ ਆਪਾਂ ਬਹੁਤ ਸਾਰੀਆਂ ਇਸ ਇੰਡਸਟਰੀ ਨੇ ਹਾਈਟਸ ਅਚੀਵ ਕਰਨੀਆਂ, ਅਜੇ ਤਾਂ ਸ਼ੁਰੂਆਤ ਹੀ ਹੋਈ ਹੈ ਪੰਜਾਬੀ ਇੰਡਸਟਰੀ ਦੀ। ਸੋ ਜਦੋਂ ਇੱਦਾਂ ਦੇ ਇੱਦਾਂ ਦਾ ਸਾਥ ਹੁੰਦਾ ਆ, ਇੱਦਾਂ ਤੁਹਾਡਾ ਕੋਈ ਸਹਾਰਾ ਬਣਦਾ ਔਰ ਖਾਸ ਕਰਕੇ ਜਦੋਂ ਯੂ ਨੋ ਤੁਹਾਡੇ ਆਨਰੇਬਲ ਚੀਫ ਮਿਨਿਸਟਰ ਨਾਲ ਨੇ, ਤਾਂ ਹੋਰ ਕੀ ਚਾਹੀਦਾ ਫਿਰ? ਬਿਲਕੁਲ ਮੈਮ, ਤੁਹਾਡੀ ਫਿਲਮ ਆ ਰਹੀ ਕਿ ਡਾਕੂਆਂ ਦਾ ਮੁੰਡਾ, ਹੈ ਨਾ, ਕਿੰਨੀ ਐਕਸਾਈਟਮੈਂਟ ਆ ਫਿਲਮ ਦੀ, ਕਿਉਂਕਿ ਪਹਿਲਾ ਪਾਰਟ ਬੜਾ ਹਿੱਟ ਹੋਇਆ ਸੀਗਾ। ਜੀ ਜੀ ਬਿਲਕੁਲ, ਐਕਸਾਈਟਮੈਂਟ ਹਮੇਸ਼ਾ ਰਹਿੰਦੀ ਹੈ ਕਿਉਂਕਿ ਫਿਲਮ ਸਾਡੇ ਲਈ ਇੱਕ ਬੱਚੇ ਦੀ ਤਰ੍ਹਾਂ ਹੁੰਦੀ ਆ। ਉਹਦਾ ਪ੍ਰੋਸੈਸ 6 ਮਹੀਨਿਆਂ ਤੋਂ ਲੈ ਕੇ ਕਈ ਵਾਰੀ ਸਾਲ ਤੱਕ ਵੀ ਚੱਲ ਜਾਂਦਾ ਆ ਉਹਨੂੰ ਪੂਰਾ ਮੁਕੰਮਲ ਕਰਨ ਦੇ ਵਿੱਚ, ਤੁਹਾਡੇ ਸਾਰੇ ਸਾਹਮਣੇ ਲੈ ਕੇ ਆਉਣ ਦੇ ਵਿੱਚ। ਸੋ ਐਕਸਾਈਟਮੈਂਟ ਹਮੇਸ਼ਾ ਰਹਿੰਦੀ ਔਰ ਐਕਸਾਈਟਮੈਂਟ ਹੋਣੀ ਚਾਹੀਦੀ। ਜੇ ਐਕਸਾਈਟਮੈਂਟ ਹੀ ਖਤਮ ਹੋ ਗਈ ਲਾਈਫ ਦੇ ਵਿੱਚ ਤਾਂ ਫਿਰ ਤਾਂ ਤੁਸੀਂ ਡੈਡ ਹੋ। ਅਸੀਂ ਇਹਦੇ ਬਾਰੇ ਅਜੇ ਓਫੀਸ਼ਲੀ ਅਨਾਊਂਸ ਕਰਨਾ ਆ, ਵੈਸੇ ਪੋਸਟਰ ਤਾਂ ਅਸੀਂ ਇੱਕ ਵਾਰੀ ਤੁਹਾਡੇ ਸਾਰਿਆਂ ਦੇ ਰੂਬਰੂ ਕਰ ਦਿੱਤਾ ਹੋਇਆ, ਬਟ ਇਹਦੀ ਜਿਹੜੀ ਓਫੀਸ਼ਲ ਅਨਾਊਂਸਮੈਂਟ ਉਹ ਪ੍ਰੋਡਿਊਸਰਸ ਸਾਰੇ ਇਕੱਠੇ ਹੋ ਕੇ, ਡਾਇਰੈਕਟਰ ਜੋ ਵੀ ਵਿੱਚ ਇਨਵੋਲਵ ਨੇ, ਤਾਂ ਉਹ ਅਸੀਂ ਕਰਾਂਗੇ। ਬਟ ਬਹੁਤ ਹੀ ਪਿਆਰਾ ਜਿਹਾ ਸ਼ੋਅ ਆ, ਸਮਥਿੰਗ ਮਤਲਬ ਸਰਪ੍ਰਾਈਜ਼ ਲੈ ਕੇ ਆ ਰਹੇ ਹਾਂ, ਸੋ ਸਰਪ੍ਰਾਈਜ਼ ਹੀ ਰਹਿੰਦੀ ਹੈ। ਸੋ ਥੈਂਕ ਯੂ, ਥੈਂਕ ਯੂ ਸੋ ਮਚ। ਬਿਲਕੁਲ, ਸਾਡਾ ਨਾਮ ਜਪ ਜੀ, ਖੈਰ ਜੀ, ਜਿਨ੍ਹਾਂ ਨੇ ਆਪਾਂ ਗੱਲਬਾਤ ਕੀਤੀ ਇਹਨਾਂ ਦੇ ਸਪੈਸ਼ਲੀ ਸ਼ੋਅ ਆ ਰਿਹਾ, ਮੈਨੂੰ ਬੜੀ ਐਕਸਾਈਟਮੈਂਟ ਆਉਂਦੀ, ਉਡੀਕ ਵੀ ਬਹੁਤ ਵੇਖਣ ਦੀ, ਸੋ ਮੈਨੂੰ ਲੱਗਦਾ ਤੁਹਾਨੂੰ ਵੀ ਉਡੀਕ ਹੋਏਗੀ। ਬਣੇ ਰਹੋ ਸਾਡੇ ਨਾਲ, ਵੇਖਦੇ ਰਹੋ ਵਾਈ ਜੀ ਟੀਵੀ।